ਸਰਕਾਰੀ ਸਰਕਾਰੀ ਵੀ ਰੋਕੋ ਸੱਚ ਕਰੋ ਮੂੰਹ ਜਲਦੀ ਚਲਾਨ ਕੱਢ ਕੇ ਮੇਰੇ ਹੱਥ 11,000 ਦਾ ਦਿੱਤਾ ਮੈਨੂੰ ਠੀਕ ਆ ਚੱਕਰ ਇਹ ਹੈ ਜੀ, ਅਸੀਂ 25 ਸਾਲ ਤੋਂ ਮਨੀ ਕਰਨ ਲਈ ਬੱਸਾਂ ਪੰਜਾਬ ਤੋਂ ਲੈ ਕੇ ਜਾ ਰਹੇ ਹਾਂ। ਅੱਜ ਪਹਿਲੀ ਵਾਰ, ਅੱਜ ਤੋਂ 3 ਹਫ਼ਤੇ ਪਹਿਲਾਂ ਵੀ ਇੱਕ ਬੱਸ ਗਈ, ਕੋਈ ਰੋਕ ਟੋਕ ਨਹੀਂ ਹੋਈ। ਕੋਈ ਮੈਡਮ ਆਏ ਦੇ ਨਵੇਂ RTO, ਉਹਨਾਂ ਨੇ ਅੱਜ ਸਾਡੀ ਬੱਸ ਰੋਕੀ ਹੈ। ਬੱਸ ਦੇ ਕਾਗਜ਼ ਪੂਰੇ ਨੇ, ਪਰਮਿਟ ਪੂਰਾ ਹੈ, ਟੈਕਸ ਪੂਰੇ ਨੇ, ਹਰ ਚੀਜ਼ ਪੂਰੀ ਹੈ, ਫਿਰ ਵੀ ਬੱਸ ਰੋਕੀ ਗਈ ਹੈ। ਕਿਸ ਕਾਰਨ ਕਰਕੇ? ਪਹਿਲਾ ਰੂਲ ਕੱਢਿਆ ਗਿਆ ਜ਼ਿੰਦਗੀ 'ਚ ਹਿਮਾਚਲ 'ਚ ਕਿ ਸਾਰੀ ਸੰਗਤ ਦੀ ਲਿਸਟ ਬਣਾਓ। ਲਿਸਟ ਜੇਕਰ ਉਹਨਾਂ ਨੂੰ ਦੇ ਦਿੱਤੀ ਹੈ, ਹੁਣ ਆਵਾਜ਼ ਦੇ ਰਹੇ ਨੇ ਜੀ ਇੱਥੇ ਉਮਰ ਕਿਉਂ ਨਹੀਂ ਲਿਖੀ। ਉਮਰ ਨਾ ਲਿਖਣ ਦਾ ਸਾਨੂੰ ਇਸ ਵੇਲੇ 25,000 ਰੁਪਈਆ ਸਾਡੇ ਕੋਲ ਚਲਾਨ ਮੰਗਿਆ ਜਾ ਰਿਹਾ ਜੁਰਮਾਨਾ। ਇਹ ਦੱਸੋ, ਇੰਨੀ ਸੰਗਤ ਦਾ 10-10 ਰੁਪਈਏ ਇਕੱਠੇ ਕਰਕੇ ਸੰਗਤ ਲੈ ਕੇ ਆਈ ਦੀ ਹੈ, ਹੁਣ ਇਹਨਾਂ ਨੂੰ 25,000 ਰੁਪਈਆ ਕਿੱਥੋਂ ਦਈਏ? DC ਸਾਹਿਬ ਦੀ ਕੋਲ ਆਈਏ ਮੈਡਮ ਨੂੰ ਕਿ ਇਹਨਾਂ ਨੂੰ ਸੰਗਤ ਨੂੰ ਜਾਣ ਦਿਓ, ਜੋ ਟੈਕਸ ਬਣਦਾ ਲੈ ਲਓ। ਮੈਡਮ ਨੇ ਫਿਰ ਚੱਕੇ ਨਾਲ ਚਲਾਨ ਕੱਟ ਕੇ ਸਾਡੇ ਅੱਜ 15,000 ਦੇ ਚਲਾਨ ਥਮਾ ਦਿੱਤੇ।